ਹੈਲੋ ਗਾਇਸ ਵੈਲਕਮ ਟੂ ਮਾਈ ਚੈਨਲ ਗੁਰਸਾਜ ਕੋਚਿੰਗ ਸੈਂਟਰ ਬਰਨਾਲਾ ਗਾਇਸ ਜਿਵੇਂ ਕਿ ਆਪਾਂ ਪਹਿਲਾ ਵੀਡੀਓ 'ਚ ਮੈਂ ਗੱਲ ਕੀਤੀ ਸੀ ਵੀ ਐਂਟੀਟੀ ਕੋਰਸ ਦੇ ਰਿਕਾਰਡਿੰਗ ਵੀ ਐਂਟੀਟੀ ਕੋਰਸ ਕੀ ਆ ਜਾਂ ਤੁਹਾਡੇ ਕਿਹੜੇ ਕਿਹੜੇ ਕੁਐਸਚਨ ਹੋ ਸਕਦੇ ਨੇ ਵੀ ਐਂਟੀਟੀ ਕੋਰਸ ਦੀ ਡੈਫੀਨੇਸ਼ਨ ਕੀ ਆ ਜਾਂ ਇਹਦਾ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਆ ਗਾਇਸ ਉਹਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਵੀ ਅੱਗੇ ਆਉਣ ਵਾਲੀ ਮੇਰੇ ਸਾਰੇ ਵੀਡੀਓ ਵਿੱਚ ਮੈਂ ਤੁਹਾਨੂੰ ਐਂਟੀਟੀ ਦੇ ਐਗਜ਼ਾਮ ਦੀ ਤਿਆਰੀ ਕਰਵਾਵਾਂਗੀ ਲਾਈਕ ਐਂਟੀਟੀ ਦੇ ਐਗਜ਼ਾਮ ਵਿੱਚ ਜਿਹੜੇ ਜਿਹੜੇ ਟੌਪਿਕ ਆਣੇ ਨੇਗੇ ਉਹਨਾਂ ਬਾਰੇ ਵੀ ਆਪਾਂ ਡਿਸਕਸ਼ਨ ਕਰਾਂਗੇ ਤਾਂ ਗਾਇਸ ਆਪਣੇ ਕੋਲ ਜੋ ਇਹ ਦਿੱਦਾ एग्जाम ਆ 2020 ਤੋਂ ਲੈ ਕੇ 21 ਤੱਕ ਆਈ ਥਿੰਕ ਇਹ एग्जाम ਆਪਣੇ ਕੋਲ ਜਨਵਰੀ ਚ ਹੋਵੇ ਜਾਂ ਫ फेब्रुवारी ਚ ਹੋਵੇ ਉਹਨਾਂ ਲਈ ਆਪਣੇ ਕੋਲ ਲੇਟੈਸਟ ਜਿਹੜੀ ਬੁੱਕ ਆ ਪਬਲਿਸ਼ ਹੋ ਚੁੱਕੀ ਆ ਉਹਦਾ ਡੈਮੋ ਮੈਂ ਤੁਹਾਨੂੰ ਸ਼ੋਅ ਕਰ ਰਹੀ ਆ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹ ਆਪਣੇ ਕੋਲ ਜੀ ਨਿਊ ਬੁੱਕ ਆ ਇਹ ਲੇਟੈਸਟ ਪੀਪ ਪ੍ਰੀ ਪ੍ਰਾਇਮਰੀ ਅਧਿਆਪਕ ਇਹ ਗਾਈਜ਼ ਇੱਕ ਸਪੈਸ਼ਲ ਐਗਜ਼ਾਮ ਲਈ ਆ ਜੋ ਸਾਡਾ ਐਗਜ਼ਾਮ ਗਵਰਨਮੈਂਟ ਐਗਜ਼ਾਮ ਹੋਣ ਵਾਲਾ ਵਾ ਉਹਦੇ ਰਿਗਾਰਡਿੰਗ ਇਹ ਬੁੱਕ ਪਬਲਿਸ਼ ਕੀਤੀ ਗਈ ਆ ਗਾਈਜ਼ ਇਹਦੇ ਵਿੱਚ ਟੌਪਿਕ ਸ਼ੋ ਹੋ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਵੀ ਕਿਹੜੇ ਕਿਹੜੇ ਟੌਪਿਕਸ ਦੇ ਵਿੱਚੋਂ ਤੁਹਾਨੂੰ ਐਗਜ਼ਾਮ ਆਣਾ ਵਾ ਇਹਦੇ ਵਿੱਚ ਗਾਈਜ਼ ਟੋਟਲ ਆਪਣੇ ਕੋਲ 12 ਟੋਟਲ ਆਪਣੇ ਕੋਲ ਟੋਟਲ 12 ਟੌਪਿਕ ਨੇ ਜਿੰਨਾਂ ਵਿੱਚੋਂ ਤੁਹਾਨੂੰ ਐਗਜ਼ਾਮ ਆਣਾ ਤੇ ਅੱਜ ਆਪਾਂ ਔਲੀ ਪੰਜਾਬੀ ਦਾ ਪਹਿਲਾ ਜਿਹੜਾ ਟੌਪਿਕ ਆ ਉਹ ਡਿਸਕਸ਼ਨ ਕਰਾਂਗੇ ਉਹਦੇ ਰਿਗਾਰਡਿੰਗ ਤੁਹਾਨੂੰ ਇਨਫੋਰਮੇਸ਼ਨ ਦਵਾਂਗੀ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਲਾਈਕ ਗਾਇਸ ਆਪਣੇ ਇਹਦੇ ਵਿੱਚ ਜਨਰਲ ਨੌਲੇਜ ਹੋਗੀ ਉਸ ਤੋਂ ਬਾਅਦ ਆਪਣੇ ਕੋਲ ਟੀਚਿੰਗ ਜੋਗਤਾ ਤੇ ਬਾਲ ਮਨੋਵਿਗਿਆਨ ਟੌਪਿਕ ਹੋ ਗਿਆ ਠੀਕ ਹੈ ਗਾਇਸ ਉਹਦੇ ਰਿਗਾਰਡਿੰਗ ਤੁਹਾਨੂੰ ਐਮਸੀਕਿਊਜ਼ ਆਣਗੇ ਕੰਪਿਊਟਰ ਹੋ ਗਿਆ ਸਕੂਲ ਸਿੱਖਿਆ ਪ੍ਰਬੰਧ ਹੋ ਗਿਆ ਮਾਨਸਿਕ ਜੋਗਤਾ ਹੋਗੀ ਠੀਕ ਹੈ ਗਾਇਸ ਆਪਣੇ ਕੋਲ ਵਿਗਿਆਨ ਹੋ ਗਿਆ ਗਣਿਤ ਹੋ ਗਿਆ ਸਮਾਜਿਕ ਵਿਗਿਆਨ ਹੋ ਗਿਆ ਪੰਜਾਬੀ ਹਿੰਦੀ ਹੋ ਗਈ ਹੈ ਤੇ ਇੰਗਲਿਸ਼ ਇੰਨਾ ਵਿੱਚੋਂ ਗਾਇਸ ਆਪਣ ਨੂੰ ਤੁਹਾਨੂੰ एमसीक्यूਜ਼ ਆਣਗੇ 100 ਮਾਰਕਸ ਦੇ ਤੇ ਉਹਦੇ ਵਿੱਚੋਂ ਤੁਸੀਂ ਮਾਰਕਸ ਲੈਣੇ ਨੇ ਤੇ ਆਪਣੇ ਜੋ ਮਾਰਕਸ ਨੂੰ ਮੈਰਿਟ ਲਿਸਟ ਵਿੱਚ ਲੈ ਕੇ ਆਣੇ ਨੇ ਤਾਂ ਜੋ ਮੀਨਿੰਗ ਮੈਰਿਟ ਲਿਸਟ ਦੇ ਅਕੋਰਡਿੰਗ ਹੀ ਤੁਸੀਂ ਇੰਟਰਵਿਊ ਲਈ ਮੀਨਿੰਗ ਸਿਲੈਕਟ ਹੋ ਸਕੋ ਤਾਂ ਗਾਇਸ ਨੈਕਸਟ ਦੇ ਬੁੱਕ ਵਿੱਚ ਇਹ ਵੀ ਦਿੱਤਾ ਹੋਇਆ ਵੀ ਲਾਈਕ ਕੈਟਾਗਰੀ ਦੇ ਅਕੋਰਡਿੰਗ ਤੁਹਾਨੂੰ ਜੋ ਜੋਬ ਸਿਲੈਕਸ਼ਨਸ ਹੋਣੀਆਂ ਤੁਹਾਡੀ ਕੈਟਾਗਰੀ ਦੇ ਅਕੋਰਡਿੰਗ ਹੋਣਗੀਆਂ ਤੇ ਕਿੰਨੀ ਕਿੰਨੀ ਕੈਟਾਗਰੀ ਦੇ ਅਕੋਰਡਿੰਗ ਕਿੰਨੀ ਕਿੰਨੀ ਜੋਬਸ ਨੇਗੀਆਂ ਉਹ ਸਭ ਡਿਫਾਈਨ ਕੀਤਾ ਹੋਇਆ ਤੁਸੀਂ ਇਹ ਜਿਹੜੀ ਡਿਟੇਲ ਆ ਵੀਡੀਓ ਨੂੰ ਪਾਉਜ਼ ਕਰਕੇ ਦੇਖ ਸਕਦੇ ਹੋ ਚਲੋ ਗਾਇਸ ਆਪਾਂ ਲੈਟਸ ਸਟਾਰਟ ਆਪਣੀ ਵੀਡੀਓ ਕਰ ਜਾਨੀ ਆ ਗਾਇਸ ਜੇਕਰ ਮੀਨਿੰਗ ਤੁਸੀਂ ਮੇਰੇ ਚੈਨਲ ਤੇ ਫਰਸਟ ਟਾਈਮ ਵਿਜ਼ਿਟ ਕੀਤਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮੇਰੀ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਅੱਜ ਦਾ ਜਿਹੜਾ ਆਪਣੇ ਕੋਲ ਪਹਿਲਾ ਟੌਪਿਕ ਆ ਪਾਰਟ 1 ਪੰਜਾਬੀ ਦਾ ਟੌਪਿਕ ਆ ਪੰਜਾਬੀ ਦੇ ਸਿਲੇਬਸ ਵਿੱਚ ਕਿਹੜੀ ਕਿਹੜੀ ਚੀਜ਼ ਆਣੀ ਹੈ ਤੇ ਕਿਸ ਕਿਸ ਵਿੱਚੋਂ ਤੁਹਾਨੂੰ ਐਮਸੀਕਿਊਜ਼ ਆਣਗੇ ਤਾਂ ਉਹਦੇ ਵਿੱਚ ਉਹਦੇ ਰਿਗਾਰਡਿੰਗ ਅਪਾਂ ਦੇਖਦੇ ਹਾਂ ਪਹਿਲੀ ਜੋ ਆਪਣੇ ਕੋਲ ਹੈਗੇ ਟੌਪਿਕ ਪੰਜਾਬੀ ਭਾਸ਼ਾ ਤੇ ਉਪਭਾਸ਼ਾ ਸੈਕਿੰਡ ਆਪਣੇ ਕੋਲ ਹੈਗਾ ਵਿਆਕਰਨ ਧੁਨੀ ਬੋਧ ਸ਼ਬਦ ਬੋਧ ਵਾਕ ਬੋਧ ਅਰਥ ਬੋਧ ਤੀਜਾ ਆਪਣੇ ਕੋਲ ਟੌਪਿਕ ਹੈਗਾ ਵਿਸ਼ਰਾਮਜਨ ਚੌਥਾ ਹੈਗਾ ਅਨਡਿੱਠਾ ਪੈਰਾ ਪੰਜਵਾਂ ਹੈਗਾ ਮੁਹਾਵਰੇ ਅਤੇ ਅਖਾਨ ਛੇਵਾਂ ਹੈਗਾ ਪੰਜਾਬੀ ਸੱਭਿਆਚਾਰ ਸਤਵਾਂ ਹੈਗਾ ਪੰਜਾਬੀ ਸਾਹਿਤ ਅੱਜ ਅਪ ਪਹਿਲਾ ਚੈਪਟਰ ਦੇਖ ਰਹੇ ਹਾਂ ਪੰਜਾਬੀ ਭਾਸ਼ਾ ਅਤੇ ਉਪਭਾਸ਼ਾ ਗਾਇਸ ਇਹਦੇ ਵਿੱਚ ਆਪਣੇ ਕੋਲ ਜਿੰਨੇ ਵੀ ਐਮਸੀਕਿਊਜ਼ ਨੇਗੇ ਉਹਨਾਂ ਵਿੱਚ ਤੁਸੀਂ ਮੰਨ ਲਓ ਇੱਕ ਤੋਂ ਨੂੰ ਕੁਐਸਚਨ ਆਊਗਾ ਤੇ ਚਾਰ ਤੁਹਾਡੇ ਕੋਲ ਆਨਸਰ ਹੋਣਗੇ ਤਾਂ ਤੁਸੀਂ ਇੱਕ ਆਨਸਰ ਆਪਣਾ ਕਰੈਕਟ ਕਰਨਾ ਵਾ ਗਾਇਸ ਹੁਣ ਜੇਕਰ ਤੁਸੀਂ ਮੰਨ ਲਓ ਮੇਰੀ ਵੀਡੀਓ ਦੇਖ ਰਹੇ ਹੋ ਤੇ ਮੀਡੀਆ ਵੀਡੀਓ ਨੂੰ ਪਾਉਜ਼ ਕਰਕੇ ਇੱਕ ਨੋਟਬੁੱਕ ਤੇ ਇੱਕ ਪੈਨ ਜ਼ਰੂਰ ਚੱਕੋ ਤੇ ਜਿਵੇਂ ਜਿਵੇਂ ਇਹ ਕੁਐਸਚਨ ਤੁਹਾਨੂੰ ਸ਼ੋ ਹੋ ਰਹੇ ਨੇ ਇੱਕ ਤੋਂ ਲੈ ਕੇ ਜਿਵੇਂ ਜਿਵੇਂ ਤੁਹਾਨੂੰ ਲਾਸਟ ਤੱਕ ਕੁਐਸਚਨ ਸ਼ੋ ਹੋਣਗੇ ਤੁਸੀਂ ਆਪਣਾ ਆਨਸਰ ਆਪਣੀ ਨੋਟਬੁੱਕ ਤੇ ਨੋਟ ਕਰੋ ਵੀਡੀਓ ਦੇ ਲਾਸਟ ਵਿੱਚ ਮੈਂ ਤੁਹਾਨੂੰ ਆਨਸਰ ਕੀ ਪ੍ਰੋਵਾਈਡ ਕਰਾਂਗੀ ਤਾਂ ਤੁਸੀਂ ਲਾਸਟ ਵਿੱਚ ਆਪਣੇ ਆਨਸਰਸ ਆਨਸਰ ਕੀ ਤੋਂ ਮੈਚ ਕਰ ਸਕਦੇ ਹੋ ਮੈਚ ਕਰਕੇ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਵੀ ਤੁਹਾਡੇ ਕਿੰਨੇ ਆਨਸਰ ਠੀਕ ਨੇ ਔਰ ਕਿੰਨੇ ਆਨਸਰ ਤੁਹਾਡੇ ਰੌਂਗ ਨਹੀਂ ਜੋ ਆਨਸਰ ਤੁਹਾਡੇ ਰੌਂਗ ਨਹੀਂ ਤੁਸੀਂ ਉਹਨਾਂ ਦੀ ਡਿਟੇਲਸ ਯਾਦ ਕਰਕੇ ਜਿਵੇਂ ਜਿਵੇਂ ਤੁਹਾਨੂੰ ਸਹੀ ਲੱਗੇ ਤੁਸੀਂ ਅਕੋਰਡਿੰਗ ਕਰੈਕਟ ਕਰ ਸਕਦੇ ਹੋ ਜੋ ਗਾਇਸ ਦੇਖੋ ਫਰਸਟ ਕੁਐਸਚਨ ਆਇਆ ਆਪਣੇ ਕੋਲ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਕਿੰਨੀ ਤਰ੍ਹਾਂ ਦੀ ਉਪਬੋਲੀ ਮਿਲਦੀ ਹੈ ਤਾਂ ਇਹਦੇ ਵਿੱਚ ਜੋ ਆਪਣੇ ਕੋਲ ਚਾਰ ਆਨਸਰ ਨੇ 8 ਹੋ ਗਿਆ 3 ਹੋ ਗਿਆ 4 ਹੋ ਗਿਆ ਇਹ ਤਾਂ 2 ਹੋ ਗਿਆ ਇਹ ਤੁਸੀਂ ਆਪਣੇ ਅਕੋਰਡਿੰਗ ਦੇਖ ਸਕਦੇ ਹੋ ਵੀ ਤੁਹਾਨੂੰ ਕੀ ਆਨਸਰ ਲੱਗਦਾ ਵਾ ਗਾਇਸ ਇਸੇ ਤਰ੍ਹਾਂ 1 ਤੋਂ ਲੈ ਕੇ ਆਪਣੇ ਕੋਲ ਫਰਸਟ ਜੋ ਆਪਣੇ ਕੋਲ ਹੈ ਇਹ ਪੇਜ ਇਹਦੇ ਵਿੱਚ ਆਪਣੇ ਕੋਲ 12 ਕੁਐਸਚਨਸ ਨੇ ਤੇ ਨੈਕਸਟ ਇਹਦੇ ਨਾਲ ਹੀ ਆਪਣੇ ਕੋਲ ਰਾਈਟ ਸਾਈਡ ਆਪਣੇ ਕੋਲ 13 ਤੋਂ ਲੈ ਕੇ 13 ਤੋਂ ਲੈ ਕੇ ਆਪਣੇ ਕੋਲ ਲਾਸਟ ਦੇ ਕੁਐਸਚਨਸ ਹੈ 26 ਕੁਐਸਚਨਸ ਇੱਕ ਵਾਰ ਮੈਂ ਫਿਰ ਵੀਡੀਓ ਨੂੰ ਦੇਖ ਰਹੀ ਹਾਂ ਤੁਸੀਂ ਦੇਖੋ ਧਿਆਨ ਨਾਲ ਦੇਖੋ ਸਟਾਰਟਿੰਗ ਤੋਂ ਕੁਐਸਚਨਸ ਆਪਣੀ ਵੀਡੀਓ ਪਾਉਜ਼ ਕਰਕੇ ਆਨਸਰ ਤੁਸੀਂ ਲਗਾਣੇ ਹਨ ਤੇ ਆਨਸਰ ਲਗਾਉਣ ਤੋਂ ਬਾਅਦ ਲਾਸਟ ਵਿੱਚ ਤੁਸੀਂ ਜਾ ਕੇ ਆਪਣੀ ਆਨਸਰ ਕੀ ਤੋਂ ਆਨਸਰ ਚੈੱਕ ਕਰਨੇ ਨੇ ਦੇਖੋ ਗਾਇਸ ਇਹ ਆਪਣੇ ਕੋਲ 26 ਤੱਕ ਕੁਐਸਚਨਸ ਨੇ ਐਂਡ ਨੈਕਸਟ ਆਪਣੇ ਕੋਲ ਨੈਕਸਟ ਕੁਐਸਚਨਸ ਆਉਂਦੇ 27 ਤੋਂ ਪੰਜਾਬੀ ਭਾਸ਼ਾ ਦਾ ਜਨਮ ਤੇ ਵਿਕਾਸ ਰਚਨਾ 28 ਹੈ ਪੰਜਾਬੀ ਬੋਲੀ ਦਾ ਇਤਿਹਾਸ ਦਾ ਲੇਖਕ ਹੈ 29 ਹੈ ਭਾਸ਼ਾ ਵਿੱਚ ਵਿਭਾਗ ਪੰਜਾਬ ਦੀਆਂ ਮੁੱਖ ਦਫਤਰਾਂ दफ्तर किस शहर विच है गाइज़ ये अपने को जो लास्ट क्वेश्चनस है नगे ये है गे अपने को फोर्टी वन तक एंड फोर्ट वन तो जो फोर्टी टू क्वेश्चनस है अपने को राइट साइड क्वेश्चनस है फोर्टू चेकआउट करो ये देखो मैं यूम कर रही हूँ अगर थोड़ा कोई डाउट है तो प्लीज़ मैं कमेंट सैक्शन कमेंट करके दस देना अगर वीडियो देखने भी कोई प्रॉब्लम आ रही है तब भी तुम तो मैं कमेंट करके कमेंट तर... करके दस सद अगर तो मैं ध्यान रखा गाइस ये देखो ट्वेंटी फाइव तक अपने को सॉरी फिफ्टी फाइव तक अपने कोश्चनस नहीं गाइस इस नैक्सट अपने कोल फस्ट पार्ट है जो फस्ट लैसन क्वेश्चन है फिफ्टी सिक्स तो फिफ्टी सिक्स फिफ्टी सैवन फिफ्टी एट फिफ्टी नाइन सिक्सटी सिक्सट वन सिक्सटी टू सिक्सटी थ्री सिक्सटी फोर सिक्सटी फाइव ਐਂਡ ਰਾਈਟ ਸਾਈਡ ਆਪਣੇ ਕੁਐਸਚਨਸ ਹੈਗਾ 66 67 68 69 70 71 72 73 74 ਐਂਡ 75 ਗਾਇਸ ਇਹ ਪਹਿਲਾ ਲੈਸਨ ਆ ਪਹਿਲੇ ਲੈਸਨ ਦੇ ਆਪਣੇ ਕੋਲ 75 ਐਮਸੀਕਿਊਜ਼ ਨੇ ਤਾਂ ਤੁਸੀਂ ਇਹ ਦੇਖੋ ਵੀ ਇਹ ਐਮਸੀਕਿਊਜ਼ ਨੂੰ ਕੰਪਲੀਟ ਕਰਨ ਲਈ ਮਿਨੀਮਮ ਤੁਹਾਨੂੰ ਮੀਨਿੰਗ ਅੱਧਾ ਘੰਟਾ ਮਸਾ ਲੱਗੂਗਾ ਤਾਂ ਅੱਧੇ ਘੰਟੇ ਚ ਤੁਸੀਂ फटाफट ਆਪਣੇ ਨੋਟਬੁੱਕ ਤੇ ਆਂਸਰ ਲਗਾਣੇ ਨੇ ਤੇ ਐਂਡ ਤੇ ਤੁਸੀਂ ਇਹ ਐਮਸੀਕਿਊਜ਼ ਦੇ ਜੋ ਆਂਸਰ ਕੀ ਆ ਉਸ ਤੋਂ ਆਪਣੇ ਆਂਸਰ ਮੈਚ ਕਰਨੇ ਨੇ ਠੀਕ ਹੈ ਗਾਇਜ਼ ਅਗਰ ਇਹਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਗਾਇਜ਼ ਅਗਰ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਗਾਇਜ਼ ਕੱਲ ਆਪਾਂ ਮੀਨਿੰਗ ਇਹਦਾ ਜੋ ਨੈਕਸਟ ਟੌਪਿਕ ਆ ਉਹ ਟਾਪਿਕ ਕਰਾਂਗੇ ਆਪਣੇ ਕੋ ਫਸਟ ਹੁਣ ਦੱਸਿਆ ਸੀਗਾ ਫਸਟ ਟਾਪਿਕ ਆਪਣੇ ਕੋਲ ਅੱਜ ਪੰਜਾਬੀ ਭਾਸ਼ਾ ਦੀ ਉਪਭਾਸ਼ਾ ਮੈਂ ਤੁਹਾਨੂੰ ਮੀਨਿੰਗ ਡਿਸਕ੍ਰਾਈਬ ਕਰਤਾ ਕੱਲ ਜੋ ਵੀਡੀਓ ਆਏਗੀ ਉਹ ਵਿਆਕਰਨ ਤੁਨੀ ਬੋਲ ਸ਼ਬਦ ਬੋਤ ਵਾਕ ਬੋਤ ਅਰਥ ਬੋਤ ਇਹਦੀ ਐਮਸੀਕਿਊਸ ਤੇ ਆਏਗੀ ਠੀਕ ਹੈ ਗਾਇਸ ਚਲੋ ਥੈਂਕ ਯੂ ਗਾਇਸ ਅਗਰ ਵੀਡੀਓ ਪਸੰਦ ਆਈ ਤਾਂ ਲਾਈਕ ਜ਼ਰੂਰ ਕਰਨਾ ਥੈਂਕ ਯੂ